अमर हो जाते हैं। हूं मैं मैडम काइंडली चले जाओ, ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ। ਜੇ ਇੱਕ ਵਜੇ ਕਿਹਾ ਸੀ ਤੇ ਉਹਨਾਂ ਨਾਲ ਆ ਕੇ ਕਰੋ, ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ। ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ, ਫਿਰ ਆਉਣ ਦੀ ਨਹੀਂ ਲੋੜ ਤੁਹਾਨੂੰ। ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਿਨਿਸਟਰ ਬੈਠਾ, ਇਸ ਕਰਕੇ ਸੱਦਿਆ ਗਿਆ ਤੁਹਾਨੂੰ। ਹੁਣ ਹੁਣ ਨਹੀਂ, ਹੁਣ ਨਹੀਂ ਆਉਣਾ, ਜਾਓ ਪਲੀਜ਼। ਕ੍ਰਿਕਟ ਖੇਡਣ ਦੀ ਜਗ੍ਹਾ ਤਾਂ ਹੀ ਤੂੰ ਬੈਠਾ ਏ। ਇਸ ਸਕੂਲ ਨਾਲ ਬੜੀ ਇਮੋਸ਼ਨਲ ਅਟੈਚਮੈਂਟ ਹੈ, ਇਸ ਕਰਕੇ ਬੈਠਾ ਏ। ਮੈਂ ਤੁਹਾਨੂੰ ਦੱਸਣਾ ਸਤਿਕਾਰਯੋਗ ਮੇਅਰ ਸਾਹਿਬ ਸਰਕਾਰ ਸਰਦਾਰ ਕੁਲਕਾਰ ਸਿੰਘ ਸੰਧੂ ਜੀ, ਛੋਟਾ ਵੀਰ ਕਰਨ ਵੈਦ, ਰਿਸਪੈਕਟਡ ਮੈਡਮ ਪ੍ਰਿੰਸੀਪਲ ਭੈਣ ਜੀ ਕਮਲਜੀਤ ਕੌਰ ਜੀ, ਸਾਰੇ ਪਿਆਰੇ ਮੇਰੇ ਬੱਚੇ, ਇੱਥੇ ਦੇ ਫੈਕਲਟੀ ਦੇ ਟੀਚਰ ਸਾਹਿਬਾਨ, ਰਿਸਪੈਕਟਡ ਟੀਚਰ ਸਾਹਿਬਾਨ, ਸਾਰਿਆਂ ਦਾ ਸਤਿਕਾਰ ਕਰਦਾ। ਟ੍ਰੈਡੀਸ਼ਨਲੀ ਕਿਹਾ ਜਾਂਦਾ ਵੀ ਮੈਂ ਬੜਾ ਮਾਣ ਮਹਿਸੂਸ ਕਰਦਾ ਇੱਥੇ ਆ ਕੇ, ਹਰ ਇੰਸਟੀਟਿਊਸ਼ਨ ਚ ਹਰ ਸਪੀਕਰ ਪਹਿਲਾਂ ਬੋਲਦੇ ਇਹ ਕਹਿੰਦਾ, ਪਰ ਇਹ ਸਕੂਲ ਸ਼ਹੀਦ ਆਜ਼ਮ ਸੁਖਦੇਵ ਦੇ ਨਾਂ ਤੇ, ਤੇ ਜਿੰਨੇ ਕ੍ਰਾਂਤੀਕਾਰੀ ਉਹ ਸੀ ਉਨੇ ਹੀ ਕ੍ਰਾਂਤੀਕਾਰੀ ਮੇਰੇ ਵਿਚਾਰ, ਮੈਂ ਘੱਟ ਮਾਣ ਮਹਿਸੂਸ ਕਰਦਾ। 25 ਸਾਲ ਇਸ ਇਲਾਕੇ ਨੂੰ ਰੀਪ੍ਰਜੈਂਟ ਕਰਦਾ, ਅੱਜ ਵੀ ਜਦੋਂ ਇੱਕ ਮੰਤਰੀ ਹੋਣ ਦੇ ਨਾਤੇ ਇਹ ਸਕੂਲ ਨੂੰ ਘੁੰਮਦਾ ਤੇ ਸਕੂਲ ਦੀਆਂ ਹਲੇ ਵੀ ਕਮਜ਼ੋਰੀਆਂ ਵੇਖਦਾ ਤੇ ਆਪਣੀ ਕਮਜ਼ੋਰੀ ਉਹਨਾਂ ਚ ਵੇਖਦਾ ਵੀ ਮੈਂ ਕੁਛ ਕਰ ਨਹੀਂ ਪਾਇਆ, ਇਸ ਕਰਕੇ ਮੈਂ ਮਾਣ ਮਹਿਸੂਸ ਨਹੀਂ ਕਰਦਾ। ਪਰ ਫਿਰ ਜਦੋਂ ਇਸ ਸਕੂਲ ਦੀਆਂ ਉਪਲਬਧੀਆਂ ਇੱਥੇ ਬੈਠ ਕੇ ਸੁਣੀਆਂ, ਸਕੂਲ ਦੇ ਬੱਚਿਆਂ ਨੂੰ ਪਰਫਾਰਮ ਕਰਦੇ ਹੋਏ ਦੇਖਦਾ ਤਾਂ ਫਖਰ ਮਹਿਸੂਸ ਕਰਦਾ ਇਸ ਸਕੂਲ ਦੇ ਪ੍ਰਿੰਸੀਪਲ, ਇਸ ਸਕੂਲ ਦੇ ਟੀਚਰਸ ਦੇ ਉੱਤੇ ਔਰ ਤੁਹਾਡੇ ਉੱਤੇ, ਵੀ ਤੁਸੀਂ ਬਗੈਰ ਕਿਸੇ ਇਨਫਰਾਸਟ੍ਰਕਚਰ ਦੇ ਇੰਨੀਆਂ ਮੱਲਾਂ ਮਾਰੀਆਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਇਮੋਸ਼ਨਲ ਅਟੈਚਮੈਂਟ ਇੱਥੇ ਹੀ ਪਲਿਆ, ਇੱਥੇ ਹੀ ਵੱਡਾ ਹੋਇਆ, ਕਿਉਂਕਿ ਘਰ ਮੇਰਾ ਬਿਲਕੁਲ ਨਾਲ, ਮੇਰੀਆਂ ਆਪ ਦੀਆਂ ਵੱਡੀਆਂ ਭੈਣਾਂ ਇੱਥੇ ਪੜ੍ਹੀਆਂ ਨੇ ਤੇ ਮੈਂ ਬੜਾ ਛੋਟਾ ਜਿਹਾ ਹੁੰਦਾ ਸੀ ਤੇ ਇੱਥੇ ਮੈਨੂੰ ਅੱਜ ਵੀ ਯਾਦ ਆਉਂਦਾ ਹੈ ਜਦੋਂ ਮੈਂ ਆ ਕਮਰੇ ਦੇਖ ਰਿਹਾ ਸੀ। ਮੇਰੀ ਵੱਡੀ ਭੈਣ ਅੱਜ ਉਹ ਦੁਨੀਆਂ ਚ ਨਹੀਂ, ਉਹਦਾ ਹੋਮ ਸਾਇੰਸ ਦਾ ਇੱਥੇ ਪ੍ਰੈਕਟੀਕਲ ਸੀ ਤੇ ਮੈਂ ਘਰੋਂ ਆਟਾ ਲੈ ਕੇ ਆਇਆ ਸੀ ਉਹਨੂੰ, ਤੇ ਅੱਜ ਉਹ ਵੀ ਦਿਨ ਯਾਦ ਨੇ। ਮੰਤਰੀ ਬਣਨ ਤੋਂ ਪਹਿਲਾਂ ਉਸ ਗਰਾਊਂਡ ਚ ਮੈਂ ਕ੍ਰਿਕਟ ਵੀ ਖੇਡਿਆ ਕਰਦਾ ਸੀ। ਇਹ ਇਮੋਸ਼ਨਲ ਅਟੈਚਮੈਂਟ ਹੈ ਕੁਛ ਹੁਣ ਤਾਈਆਂ, ਕੁਛ ਕਮੀਆਂ ਹਮੇਸ਼ਾ ਦੇਖਣ ਨੂੰ ਮਿਲਦੀਆਂ, ਕਮਜ਼ੋਰੀਆਂ ਦੇਖਣ ਨੂੰ ਮਿਲਦੀਆਂ, ਕਿਉਂਕਿ ਵਿੱਤੀ ਵਸੀਲੇ ਇੰਨੇ ਨਹੀਂ ਹੈ ਕਿ ਇਨਫਰਾਸਟ੍ਰਕਚਰ ਇੰਨਾ ਪ੍ਰੋਵਾਈਡ ਕੀਤਾ ਜਾ ਸਕੇ ਜਿੰਨਾ ਅੱਜ ਕੱਲ੍ਹ ਦੇ ਪਬਲਿਕ ਸਕੂਲਾਂ ਕੋਲ। ਪਰ ਅੱਜ ਇੱਥੇ ਆ ਕੇ ਦੇਖਿਆ ਸਾਡਾ ਇਹ ਸਕੂਲ ਉਹਨਾਂ ਵਸੀਲਿਆਂ ਤੋਂ ਬਗੈਰ ਪਬਲਿਕ ਸਕੂਲਾਂ ਨੂੰ ਟੱਕਰ ਦੇ ਰਿਹਾ, ਮਨ ਨੂੰ ਬੜੀ ਖੁਸ਼ੀ ਮਹਿਸੂਸ ਹੋਈ।